ਪ੍ਰਧਾਨਮੰਤਰੀ ਜਸੈਂਡਾ ਆਰਡਨ ਨੂੰ ਜੂਨ ਮਹੀਨੇ ਦੇ ਅੰਤ 'ਚ ਹੋਣ ਵਾਲੀ ਨਾਟੋ ਲੀਡਰਸ ਦੀ ਮੀਟਿੰਗ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਅਜਿਹਾ ਮਾਣ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਜਸੈਂਡਾ ਆਰਡਨ ਪਹਿਲੇ ਨਿਊਜ਼ੀਲੈਂਡਰ ਬਣਨ ਜਾ ਰਹੇ ਨੇ। ਦੱਸ ਦਈਏ ਕਿ ਹੁਣ ਤੱਕ ਕਦੀ ਵੀ ਅਜਿਹਾ ਨਹੀਂ ਹੋਇਆ ਜਦੋਂ ਕਿਸੇ ਨਿਊਜ਼ੀਲੈਂਡਰ ਨੂੰ ਨਾਟੋ ਦੇਸ਼ਾਂ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੋਵੇ। ਇਹ ਮੀਟਿੰਗ ਸਪੇਨ 'ਚ 28 ਤੋਂ ਲੈ ਕੇ 30 ਜੂਨ ਤੱਕ ਹੋਵੇਗੀ। ਇਸ ਮੀਟਿੰਗ ਦੇ ਵਿੱਚ ਨਾਟੋ ਦੇਸ਼ਾਂ ਦੇ ਲੀਡਰਾਂ ਵੱਲੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸੈਂਡਾ ਆਰਡਨ ਤੋਂ ਇਲਾਵਾ ਆਸਟ੍ਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਜਪਾਨ ਅਤੇ ਸਾਊਥ ਕੋਰੀਆ ਦੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ, ਜਪਾਨ ਅਤੇ ਸਾਊਥ ਕੋਰੀਆ ਦੇ ਲੀਡਰ ਇਸ ਇਨਵੀਟੇਸ਼ਨ ਨੂੰ ਕਬੂਲ ਕਰ ਚੁੱਕੇ ਨੇ, ਜਦੋਂ ਕਿ ਪ੍ਰਧਾਨ ਮੰਤਰੀ ਜਸੈਂਡਾ ਆਰਡਨ ਵੱਲੋਂ ਇਸ ਦੀ ਪੁਸ਼ਟੀ ਆਉਣ ਵਾਲੇ ਸਮੇਂ 'ਚ ਕੀਤੀ ਜਾ ਸਕਦੀ ਹੈ। ਨਾਟੋ ਦੇਸ਼ਾਂ ਦੀ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਵਿਸ਼ਵ ਪੱਧਰ ਦੇ ਕਈ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ, ਜਿਸ ਦੇ ਵਿੱਚ ਖਾਸ ਕਰਕੇ ਯੂਕਰੇਨ ਦੇ ਹਾਲਾਤਾਂ 'ਤੇ ਗੱਲਬਾਤ ਹੋਵੇਗੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜੇਕਰ ਇਸ ਇਨਵੀਟੇਸ਼ਨ ਨੂੰ ਕਬੂਲ ਕਰਦੇ ਹੋਏ ਨਾਟੋ ਦੇਸ਼ਾਂ ਦੀ ਹੋ ਰਹੀ ਮੀਟਿੰਗ ਦਾ ਹਿੱਸਾ ਬਣਦੇ ਨੇ ਤਾਂ ਉਹ ਪਹਿਲੇ ਅਜਿਹੇ ਨਿਊਜ਼ੀਲੈਂਡਰ ਬਣ ਕੇ ਇਤਿਹਾਸ ਵੀ ਰਚਣਗੇ ਅਤੇ ਨਿਊਜ਼ੀਲੈਂਡ ਲਈ ਵੀ ਇਹ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੇ ਦੌਰਾਨ ਨਿਊਜ਼ੀਲੈਂਡ ਵੱਲੋਂ ਯੂਕਰੇਨ ਦੇ ਦਿਲ ਖੋਲ੍ਹ ਕੇ ਮਦਦ ਕੀਤੀ ਗਈ ਹੈ। ਉੱਥੇ ਹੀ ਨਿਊਜ਼ੀਲੈਂਡ ਦੇ ਖਿਲਾਫ ਚਾਈਨਾ ਦਾ ਸਟੈਂਡ ਵੀ ਵਿਸ਼ਵ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ ਸੀ, ਜਿਸ ਨੂੰ ਲੈ ਕੇ ਹੁਣ ਨਾਟੋ ਲੀਡਰਾਂ ਦੀ ਮੀਟਿੰਗ ਦੇ ਵਿੱਚ ਨਿਊਜ਼ੀਲੈਂਡ ਦੇ ਪ੍ਰਤੀਨਿਧੀ ਨੂੰ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਡੇਲੀ ਖਬਰ।